ਗੁੱਡ ਈਵਨਿੰਗ एवरीवन ਸੋ ਮੈਂ ਪ੍ਰੋਫੈਸਰ ਰਜਨੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਮੇਰੇ ਨਵੇਂ ਚੈਨਲ ਪੋਲੀਟੀਕਲ ਸਾਇੰਸ ਇਨ ਈਜ਼ੀ ਵੇ ਦੇ ਵਿੱਚ ਔਰ ਸੋ ਹਾਂਜੀ ਬੇਟਾ ਅਸੀਂ ਕਦੀ ਨਾ ਕਦੀ ਕਿਸੇ ਨਾ ਕਿਸੇ ਕੰਪੀਟੀਸ਼ਨ ਦੇ ਵਿੱਚ ਇਹ ਟਰਮ ਜ਼ਰੂਰ ਸੁਣੀ ਹੈ ਕਿ ਗੁਜਰਾਲ ਸਿਧਾਂਤ ਕੀ ਹੁੰਦਾ ਹੈ ਗੁਜਰਾਲ ਡਾਕਟਰਾਈਨ ਕੀ ਹੈ ਸੋ ਅੱਜ ਅਸੀਂ ਇਸ ਚੀਜ਼ ਨੂੰ ਜਾਂ ਇਸ ਜਿਹੜੇ ਡਾਕਟਰਾਂ ਨੇ ਇਹ ਸਿਧਾਂਤ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਜਿਹੜਾ ਹੈ ਕਹਿ ਲਓ ਪੜਾਂਗੇ ਕਿ ਗੁਜਰਾਲ ਡਾਕਟਰਾਂ ਨੇ ਕਿਹਾ ਹੁੰਦਾ ਹੈ ਸੋ ਗੁਜਰਾਲ ਡਾਕਟਰਾਂ ਨੂੰ ਪੜਨ ਤੋਂ ਪਹਿਲਾਂ ਮੈਂ ਆਪਣੀ ਇੰਟਰੋਡਕਸ਼ਨ ਦੇਣਾ ਚਾਹੁੰਦੀ ਹਾਂ ਮੈਂ ਜੁਡੀ ਸੀਨੇਟ ਕੁਆਲੀਫਾਈਡ ਕੀਤਾ ਹੈ ਜੂਨ 2018 ਦੇ ਵਿੱਚ ਸੋ ਮੈਨੂੰ 2.5 ਸਾਲ ਦਾ ਐਕਸਪੀਰੀਅੰਸ ਹੈ ਮੈਂ ਵੇਰੀਅਸ ਕਾਲਜੇਸ ਦੇ ਵਿੱਚ ਜਿਹੜਾ ਹੈ ਟੀਚ ਕੀਤਾ ਹੈ ਸੋ ਮੇਰੇ ਇੰਟਰੋਡਕਸ਼ਨ ਬਾਰੇ ਤੁਸੀਂ ਆਪ ਵੀ ਰੀਡ ਕਰ ਲਿਓ ਔਰ ਅਗਰ ਕਿਸੇ ਨੂੰ ਕੋਈ ਮੇਰੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਉਹ ਮੈਨੂੰ ਜਿਹੜਾ ਕਮੈਂਟ ਸੈਕਸ਼ਨ ਚ ਗੁਜਰਾਲ ਡਾਕਟਰ ਐਂ ਸੋ ਜਿਵੇਂ ਕਿ ਗੁਜਰਾਲ ਡਾਕਟਰ ਐਂ ਦੀ ਅਗਰ ਅਸੀਂ ਗੱਲ ਕਰੀਏ ਸੋ ਅ ਨੈਕਸਟ ਸਲਾਈਡ ਦੇਖੋ ਇਹ ਇੰਦਰ ਕੁਮਾਰ ਗੁਜਰਾਲ ਨੇ ਆਈ ਕੇ ਗੁਜਰਾਲ ਉਹ ਇਹਨਾਂ ਦੇ ਨਾਮ ਤੇ ਪੀਟੀਯੂ ਯੂਨੀਵਰਸਿਟੀ ਜਿਹੜੀ ਆ ਇਹਨਾਂ ਦੇ ਨਾਮ ਤੇ ਹੀ ਬਣੀ ਹੋਈ ਹੈ ਸੋ ਸਾਡੇ ਲਈ ਵੈਸੇ ਵੀ ਇੰਪੋਰਟੈਂਟ ਹੋ ਜਾਂਦੇ ਆ ਪੰਜਾਬ ਦੇ ਸਾਰੇ ਹੀ ਸਟੂਡੈਂਟਸ ਲਈ ਕਿ ਆਪਾਂ ਇਹਨਾਂ ਬਾਰੇ ਜਿਹੜਾ ਜਾਣੀਏ ਸੋ ਇਹ ਸਾਡੇ ਦੇਸ਼ ਦੇ ਜਿਹੜੇ ਆ 12ਵੇਂ ਪ੍ਰਾਈਮ ਮਿਨਿਸਟਰ ਰਹੇ ਨੇ 12th ਪ੍ਰਾਈਮ ਮਿਨਿਸਟਰ ਨੇ ਸੋ ਇਹਨਾਂ ਦਾ ਅਗਰ 10 ਇਅਰ ਦੇਖੋ ਤੁਸੀਂ ਲਾਈਨ ਪੜ੍ਹੋ ਜਿਹੜਾ نیچے ਲਿਖਿਆ ਹੋਇਆ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਫਰਮ ਅਪ੍ਰੈਲ 1997 ਟੂ ਮਾਰਚ 1998 ਸੋ ਤੁਸੀਂ ਦੇਖੋ ਇਹਨਾਂ ਦਾ ਪੂਰਾ ਕੀ ਕਹਿ ਸਕਦੇ ਹੋ ਇਹਨਾਂ ਦਾ ਜਿਹੜਾ ਟੈਨਿਓਰ ਰਿਹਾ ਹੈ ਸੋ ਸਾਡੇ ਕਈ ਏਦਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੋਏ ਨੇ ਬੇਟਾ ਕਿ ਜਿਹੜੇ ਟੈਨਿਓਰ ਉਹਨਾਂ ਦਾ ਬਹੁਤ ਜ਼ਿਆਦਾ ਥੋੜਾ ਸੀਗਾ ਬਟ ਬਹੁਤ ਜ਼ਿਆਦਾ ਇਫੈਕਟਿਵ ਸੀ ਪ੍ਰਭਾਵਸ਼ਾਲੀ ਸੀ ਜਿਵੇਂ ਕਿ ਚੰਦਰ ਸ਼ੇਖਰ ਆਜ਼ਾਦ ਹੋ ਗਏ ਨਾ ਸੋਰੀ ਚੰਦਰਸ਼ੇਖ ਹੋ ਗਏ ਵੀਪੀ ਸਿੰਘ ਹੋ ਗਏ ਚੌਧਰੀ ਚਰਨ ਚਰਨ ਜੀ ਚਰਨ ਸਿੰਘ ਹੋ ਗਏ ਤੇ ਮੁਰਾਰਜੀ ਦੇਸਾਈ ਹੋ ਗਏ ਨਾ ਸੋ ਇਹਨਾਂ ਦੇ ਨਾਲ ਹੀ ਜਿਹੜਾ ਆਈਕੇ ਗੁਜਰਾਲ ਦੀ ਅਸੀਂ ਗੱਲ ਕਰਦੇ ਹਾਂ ਸੋ ਅਸੀਂ ਕਦੇ ਵੀ ਕਿਸੇ ਦੇ 10 ਔਰ ਤੇ ਨਹੀਂ ਜਾਣਾ ਕਿ ਉਹਨਾਂ ਨੇ 1 ਸਾਲ ਕੰਮ ਕੀਤਾ ਜਾਂ 13 ਮਹੀਨੇ 13 ਦਿਨ ਕਿੰਨਾ ਟਾਈਮ ਜਿਹੜਾ ਇਹ ਕੰਮ ਕੀਤਾ ਹੈ ਸਾਡੇ ਕੋਲ ਛੇ ਈਦਾਂ ਦੀਆਂ ਗਵਰਨਮੈਂਟਸ ਵੀ ਆਈਆਂ ਜੋ 13 ਮਹੀਨੇ 13 ਦਿਨ ਚੱਲੀਆਂ ਬਟ ਪ੍ਰਾਈਮ ਮਿਨਿਸਟਰਸ ਨੇ ਜਿਹੜਾ ਆਪਣਾ ਬਹੁਤ ਜ਼ਿਆਦਾ ਕਹਿ ਲਓ ਯੋਗਦਾਨ ਦਿੱਤਾ ਸੋ ਅਗਰ ਅਸੀਂ ਇੰਦਰ ਕੁਮਾਰ ਗੁਜਰਾਲ ਜੀ ਦੀ ਗੱਲ ਕਰੀਏ ਐਚਡੀ ਦੇਵ ਗੋੜਾ ਇਹ ਵੀ ਨਰ ਇੰਦਰਾ ਗਾਂਧੀ ਜਾਂ ਡਾਕਟਰ ਮਨਮੋਨ ਸਿੰਘ ਦਾ ਜ਼ਿਆਦਾ ਨਾਮ ਸੁਣਦੇ ਆ ਕਿਉਂਕਿ ਇਹਨਾਂ ਦੇ ਲੰਬੇ ਲੰਬੇ ਟੈਨਿਓਰ ਰਹੇ ਨੇ ਬਟ ਇਹਨਾਂ ਦਾ ਵੀ ਉਨਾ ਹੀ ਯੋਗਦਾਨ ਹੈ ਜਿਨ੍ਹਾਂ ਤੇ ਅਸੀਂ ਨਾਮ ਬਹੁਤ ਘੱਟ ਸੁਣਦੇ ਆ ਇਹ ਐਚ ਡੀ ਦੇਵਗੋੜਾ ਵਗੈਰਾ ਤੋਂ ਇਹਨਾਂ ਦੇ ਟਾਈਮ ਦੇ ਵਿੱਚ ਜਿਹੜੇ ਸਾਡੇ ਐਕਸਟਰਨਲ ਅਫੇਅਰ ਮਿਨਿਸਟਰ ਰਹੇ ਸੀਗੇ ਇੰਦਰ ਕੁਮਾਰ ਗੁਜਰਾਲ ਜੀ ਸੋ ਇਹਨਾਂ ਨੇ ਕਾਫੀ ਜ਼ਿਆਦਾ ਕਹਿ ਲੋ ਤੁਸੀਂ ਕਹਿ ਸਕਦੇ ਹੋ ਕਿ ਯਾਤਰਾਵਾਂ ਕੀਤੀਆਂ ਇੱਕ ਤਰੀਕੇ ਨਾਲ ਸੋ ਕਾਫੀ ਇਹਨਾਂ ਦੇ ਬਾਹਰ ਜਿਹੜੇ ਆ ਇਹ ਜਾਣਦੇ ਸੀਗੇ ਕਿ ਇਹਨਾਂ ਨੇ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਸੀ ਸਾਡੀ ਫੋਰਨ ਪੋਲਿਸੀ ਪ੍ਰਤੀ ਕਾਫੀ ਕਹਿ ਲੋ ਜ਼ਿਆਦਾ ਇਹਨਾਂ ਨੂੰ ਨੋ ਲੈਜ ਸੀਗੀ ਇਸ ਤਰੀਕੇ ਨਾਲ ਤੇ ਇਹਨਾਂ ਨੇ ਜਿਹੜਾ ਆਪਣਾ ਜਿਹੜਾ ਤਾਂ ਗੁਜਰਾਲ ਡਾਕਟਰ ਇਹ ਜਿਹੜਾ ਹੈ ਦਿੱਤਾ ਸੀ ਸੋ ਹੁਣ ਅਸੀਂ ਗੁਜਰਾਲ ਡਾਕਟਰ ਇਹ ਦੀ ਜਦੋਂ ਵੀ ਗੱਲ ਕਰਦੇ ਹਾਂ ਤੁਸੀਂ ਸੁਣਿਆ ਵੀ ਹੋਣਾ ਸੋ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਿਹੜੀ ਕੰਟਰੀਜ਼ ਦੀ ਗੱਲ ਕਰਦੇ ਹਾਂ ਸਾਡਾ ਮੀਟਲ ਸਨ ਰਿਲੇਸ਼ਨ ਦੀ ਗੱਲ ਕਰ ਰਹੇ ਹਾਂ ਅਸੀਂ ਅਮਰੀਕਾ ਕੰਟੀਨੈਂਟ ਨਾਲ ਗੱਲ ਕਰ ਰਹੇ ਹਾਂ ਰਿਲੇਸ਼ਨਸ ਨਾਲ ਜਾਂ ਅਸੀਂ ਯੂਐਸਐਸਆਰ ਨਾਲ ਕਰ ਰਹੇ ਹਾਂ ਜੋ ਕਿ ਹੁਣ ਖਤਮ ਹੋ ਚੁੱਕਾ ਹੈ ਹੁਣ ਤਾਂ ਉਹਨਾਂ ਦੇ ਕਾਫੀ ਜ਼ਿਆਦਾ ਕਹਿ ਲਓ ਦੇਸ਼ ਬਣ ਗਏ ਨੇ ਟੁੱਟ ਗਏ ਸੋ ਰਸ਼ੀਆ ਨੂੰ ਜਿਹੜਾ ਹੈ ਲੀਡ ਕਰਦਾ ਹੈ ਸੋ ਇਸ ਤਰੀਕੇ ਨਾਲ ਜਿਵੇਂ ਤੁਸੀਂ ਆ ਨੈਕਸਟ ਸਲਾਈਡ ਹੀ ਦੇਖ ਰਹੇ ਹੋ ਦੇਖੋ ਇਹਦੇ ਵਿੱਚ ਜਿਹੜੇ ਅਮ ਸਤਿੰਦਰ ਕੁਮਾਰ ਗੁਜਰਾਲ ਜਿਹੜੇ ਆ ਬਿਲ ਕਲਿੰਟਨ ਜੋ ਕਿ ਫਾਰਮਰ ਸਾਡੇ ਅਮਰੀਕਾ ਦੇ ਕਹਿ ਲਓ ਸਾਡੇ ਮਤਲਬ ਅਮਰੀਕਾ ਵੀ ਸਾਡਾ ਹੀ ਹੈ ਅਸੀਂ ਇਸ ਪੂਰੀ ਦੁਨੀਆ ਦੀ ਗੱਲ ਕਰਦੇ ਹਾਂ ਸੋ ਇਸ ਲਈ ਕਿਹਾ ਮੈਂ ਸੋ ਅਮਰੀਕਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਬਿਲ ਕਲਿੰਟਨ ਉਹਨਾਂ ਦੇ ਨਾਲ ਜਿਹੜਾ ਬੈਠੇ ਹੋਏ ਨੇ ਸੋ ਤੁਸੀਂ ਇਹਨਾਂ ਤੋਂ ਪਿਕਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਇਹਨਾਂ ਦੀ ਮਤਲਬ ਫੋਰਨ ਪੋਲਿਸੀ ਦੇ ਪ੍ਰਤੀ ਜੋ ਥਿੰਕਿੰਗ ਸੀ ਕਿੰਨੀ ਹਾਈ ਸੀ ਸੋ ਨੈਕਸਟ ਸਲਾਈਡ ਤੇ ਜਦੋਂ ਤੁਸੀਂ ਦੇਖਦੇ ਹੋ ਇਹ ਹੈਗੇ ਨੇ ਟੋਨੀ ਬਲੇਅਰ ਜੋ ਯੂਨਾਈਟਿਡ ਕਿੰਗਡਮ ਦੇ ਫਾਰਮਰ ਪ੍ਰਾਈਮ ਮਿਨਿਸਟਰ ਸੀਗੇ ਸੋ ਇਹਨਾਂ ਦੇ ਟਾਈਮ ਦੇ ਵਿੱਚ ਜਦੋਂ 1998 ਅਸੀਂ 97 98 ਦੀ ਗੱਲ ਕਰਦੇ ਹਾਂ ਸੋ ਇਹਨਾਂ ਦੇ ਟੈਨਿਓਰ ਦੇ ਵਿੱਚ ਇਹਨਾਂ ਨੇ ਜਿਹੜਾ ਇਹਨਾਂ ਲੀਡਰਸ ਨੂੰ ਜਿਹੜਾ ਹੈ ਜ਼ਿਆਦਾ ਕਹਿ ਲਓ ਮਿਲੇ ਹੈ ਸੋ ਇਸ ਤਰੀਕੇ ਨਾਲ ਇਹਨਾਂ ਨੇ ਕਾਫੀ ਇਹਨਾਂ ਦੀ ਫੋਰਨ ਪਾਲਿਸੀ ਦੇ ਪ੍ਰਤੀ ਕਹਿ ਲਓ ਕਾਫੀ ਜੜੇ ਆ ਦੂਰਦਰਸ਼ੀ ਸੀਗੇ ਸੋ ਅਸੀਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸਿੱਧਾ ਜਿਹੜਾ ਹੈ ਗੁਜਰਾਲ ਡਾਕਟਰਾਈਨ ਸਟਾਰਟ ਕਰਦੇ ਹਾਂ ਸੋ ਦੇਖੋ ਜਿੱਥੇ ਲਿਖਿਆ ਹੈ ਦੇਵਗੋੜਾ ਮੰਤਰੀ ਮੰਡਲ ਦੇ ਵਿੱਚ ਵਿਦੇਸ਼ ਮੰਤਰੀ ਮੰਤਰੀ ਦੇ ਰੂਪ ਵਿੱਚ ਸੋ ਚਾਹੇ ਆਪਣੇ ਕਹਿ ਲਓ ਉਹੀ ਐਕਸਟਰਨਲ ਮਿਨਿਸਟਰ ਹੋ ਗਏ ਜਾਂ ਫਿਰ ਤੁਸੀਂ ਕਹਿ ਲਓ ਕਿ ਜਦੋਂ ਆਪਣੇ ਪ੍ਰਾਈਮ ਮਿਨਿਸਟਰ ਬਣੇ ਸੀਗੇ ਸੋ ਉਹਨਾਂ ਨੇ ਕਾਫੀ ਜ਼ਿਆਦਾ ਰਿਸਰਚ ਕੀਤੀ ਸੀ ਕਿਉਂਕਿ ਐਕਸਟਰਨਲ ਮਿਨਿਸਟਰ ਹੋਣ ਦੇ ਨਾਤੇ ਸੋ ਉਹਨਾਂ ਨੇ ਜੜਾ ਆ ਵੀ ਆਪਾਂ ਇਹ ਦੇਖਿਆ ਕਿ ਜੜਾ ਨੇਬਰਹੂਡ ਹੈਗਾ ਸਾਡਾ ਸਾਡੀ ਇੰਡੀਆ ਦੀ ਹਮੇਸ਼ਾ ਕੋਈ ਵੀ ਪ੍ਰਾਈਮ ਮਿਨਿਸਟਰ ਲੈ ਲਓ ਤੁਸੀਂ ਉਹਨਾਂ ਨੇ ਹਮੇਸ਼ਾ ਇਹ ਪਾਲਿਸੀ ਰਹੀ ਆ ਨੇਬਰਹੂਡ ਫਰਸਟ ਸੋ ਜਿਹੜੇ ਸਾਡੇ ਗੁਆਂਢੀ ਜਿਹੜੇ ਨੇ ਉਹ ਸਾਡੇ ਲਈ ਪਹਿਲਾ ਨੇ ਜਿਵੇਂ ਕਿ ਅਟਲ ਵਿਆਹ ਰਵਾਜਪਈ ਦੀ ਤੁਸੀਂ ਇੱਕ ਕੋਟੇਸ਼ਨ ਬਹੁਤ ਬਾਰ ਸੁਣੀ ਹੋਣੀ ਆ ਕਿ ਯੂ ਕ ਨੇਬਰ ਸੋ ਜਿੱਦਾਂ ਅਸੀਂ ਪੰਜਾਬੀ ਵਿੱਚ ਕਹਿ ਸਕਦੇ ਆ ਇੱਕ ਤਰੀਕੇ ਨਾਲ ਕਿ ਜਦੋਂ ਕਿਸੇ ਦੀ ਲੜਾਈ ਝਗੜਾ ਹੋ ਜਾਏ ਸੋ ਰਿਸ਼ਤੇਦਾਰ ਬਹੁਤ ਦੂਰ ਹੋ ਆਉਂਦੇ ਆ ਸੋ ਗਵਾਂਢੀ ਸਾਡੇ ਨੇੜੇ ਹੁੰਦੀ ਐ ਸੋ ਇਸ ਕਰਕੇ ਗਵਾਂਢੀਆਂ ਨਾ ਬਣੀ ਹੋਣੀ ਚਾਹੀਦੀ ਐ ਚਾਹੇ ਉਹ ਸਾਡਾ ਕਹੇ ਲੋ ਆਪਣਾ ਫੈਮਿਲੀ ਰਿਲੇਸ਼ਨਸ ਨੇ ਚਾਹੀਓ ਕਹਿ ਲੋ ਇੱਕ ਕੰਟਰੀ ਦੇ ਰਿਲੇਸ਼ਨਸ ਨੇ ਜੋ ਸਾਡੇ ਗੁਆਂਢੀਆਂ ਦੇ ਨਾਲ ਜਿਹੜੀ ਹੈ ਸਾਡੀ ਬਹੁਤ ਜ਼ਿਆਦਾ ਬਣੀ ਹੋਣੀ ਚਾਹੀਦੀ ਹੈ ਸੋ ਮੇਨ ਅਗਰ ਤੁਹਾਨੂੰ ਕੋਈ ਕੰਪੀਟੀਸ਼ਨ 'ਚ ਇਸ ਤਰੀਕੇ ਨਾਲ ਕੁਐਸਚਨ ਪੁੱਛਦਾ ਹੈ ਕਿ ਗੁਜਰਾਲ ਡਾਕਟਰ ਐ ਨੇ ਕਿਹੜੇ ਏਰੀਆ ਨਾਲ ਸੰਬੰਧਿਤ ਹੈ ਮਿਡਲ ਈਸਟ ਨਾਲ ਸੰਬੰਧਿਤ ਹੈ ਵੈਸਟਰਨ ਯੂਰਪ ਨਾਲ ਸੰਬੰਧਿਤ ਹੈ ਜਾਂ ਫਿਰ ਈਸਟਰਨ ਯੂਰਪ ਨਾਲ ਸੰਬੰਧਿਤ ਹੈ ਜਾਂ ਤੁਹਾਨੂੰ ਪੁੱਛ ਲੈਣ ਅਮਰੀਕਾ ਦੇ ਨਾਲ ਅਮਰੀਕਾ ਕੰਟੀਨੈਂਟ ਨਾਲ ਕਿਸੇ ਨਾਲ ਵੀ ਸੰਬੰਧਿਤ ਹੈ ਤਾਂ ਨਹੀਂ ਸੋ ਜਿਹੜਾ ਗੁਜਰਾਲ ਡਾਕਟਰ ਐ ਨੇ ਕਿਸ ਚੀਜ਼ ਨਾਲ ਸੰਬੰਧਿਤ ਹੈ ਨੇਬਰਹੂਡ ਨਾਲ ਆਪਣੇ ਇਦੇ ਨਾਲ ਗੁਆਂਢੀਆਂ ਦੇ ਨਾਲ ਸੰਬੰਧਿਤ ਹੈ ਸੋ ਇਹੀ ਅਸੀਂ ਚੀਜ਼ ਜਦੋਂ ਪੜ੍ਹਨੀ ਹੈ ਸੋ ਫਰਸਟ ਪੁਆਇੰਟ ਦੇਖੋ ਭਾਰਤ ਬੰਗਲਾਦੇਸ਼ ਨੇਪਾਲ ਭੂਟਾਨ ਸ਼੍ਰੀਲੰਕਾ ਆਦੀ ਗੁਆਂਢੀ ਦੇਸ਼ਾਂ ਨੂੰ ਪਰਸਪਰਤਾ ਦੀ ਉਮੀਦ ਤੋਂ ਬਿਨਾਂ ਜੋ ਦੇ ਸਕਦਾ ਹੈ ਦੇਣ ਦੀ ਕੋਸ਼ਿਸ਼ ਕਰੇਗਾ ਸੋ ਇਹਦੇ ਵਿੱਚ ਪਹਿਲਾਂ ਤਾਂ ਕੁਝ ਕੰਟਰੀਜ਼ ਦੇਖੋ ਅਸੀਂ ਐਡ ਨਹੀਂ ਕੀਤੀਆਂ ਚਾਈਨਾ ਵੀ ਸਾਡਾ ਗੁਆਂਢੀ ਦੇਸ਼ ਹੈ ਪਾਕਿਸਤਾਨ ਵੀ ਸਾਡਾ ਗੁਆਂਢੀ ਦੇਸ਼ ਹੈ ਮੋਸਟਲੀ ਤੁਸੀਂ ਕਹਿ ਲੋ ਸਾਰਕ ਕੰਟਰੀਜ਼ ਨੇ ਇੱਕ ਮਾਲਦੀਵ ਪਾਕਿਸਤਾਨ ਨੂੰ ਛੱਡ ਕੇ ਔਰ ਅਫਗਾਨਿਸਤਾਨ ਨੂੰ ਵੀ ਛੱਡ ਕੇ ਸੋ ਅਸੀਂ ਕੀ ਕਰਨਾ ਇਹ ਗਵੰਡੀ ਦੇਸ਼ ਨਾਲ ਆਪਾਂ ਕੀ ਕਰਨਾ ਪਰਸਪਰਤਾ ਦੀ ਉਮੀਦ ਤੋਂ ਬਿਨਾ ਕੀ ਹੁੰਦਾ ਕਿ ਅਸੀਂ ਗੁੱਡ ਫੇਥ ਵਿੱਚ ਕਹਿ ਲਓ ਇੱਕ ਤਰੀਕੇ ਨਾਲ ਟਰਸਟ ਉਹਨਾਂ ਦਾ ਬਿਲਡ ਕਰਨ ਦੇ ਲਈ ਅਸੀਂ ਉਹਨਾਂ ਨੂੰ ਕੁਝ ਦੇਣਾ ਹੈ ਬਟ ਉਹਨਾਂ ਤੋਂ ਵਾਪਸ ਨਹੀਂ ਲੈਣਾ ਫੋਰ ਏਗਜ਼ਾਮਪਲ ਇੰਡੀਆ ਨੇ ਉਹਨਾਂ ਨੂੰ ਕੋਈ ਕੁਝ ਲਿਮਟਿਡ ਅਮਾਉਂਟ ਦਾ ਪੈਸਾ ਦਿੱਤਾ ਕਿ ਤੁਹਾਡੇ ਜਿਹੜੇ ਫੋਰ ਏਗਜ਼ਾਮਪਲ ਜਿਹਦਾ ਐਗਜ਼ੈਂਪਲ ਹੀ ਲਿਓ ਇਹਨੂੰ ਕਿ ਵੈਕਸੀਨ ਜਿਹੜੀ ਬਣੀ ਹੈ ਨਾ ਤੁਸੀਂ ਥੋੜੀ ਜਿਹੀ ਵੈਕਸੀਨ ਕਿਸੇ ਅਦਰ ਕੰਟਰੀਜ਼ ਨੂੰ ਦੇ ਦਿੱਤੀ ਤਾਂ ਅਸੀਂ ਇਹ ਨਹੀਂ ਦੇਖਣਾ ਕਿ ਉਹ ਸਾਨੂੰ ਵਾਪਸ ਦੇ ਰਿਹਾ ਜੀ ਨਹੀਂ ਸੋ ਇਹ ਉਹਨਾਂ ਦਾ ਗੁੱਡ ਫੇਥ ਲੈਣ ਦੇ ਲਈ ਤੇ ਟਰਸਟ ਜਿਹੜਾ ਹੈ ਬਣਾਉਣ ਦੇ ਲਈ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਜਿਹੜਾ ਹੈ ਉਹਨਾਂ ਨੂੰ ਬਿਨਾਂ ਕਿਸੇ ਉਮੀਦ ਤੋਂ ਇਹ ਕੰਟਰੀਜ਼ ਨੂੰ ਤੇ ਜ਼ਰੂਰ ਬਾਕੀ ਵੀ ਜਿਹੜੀਆਂ ਸਾਡੀਆਂ ਗੁਆਂਢੀ ਦੇਸ਼ ਹੈਗੇ ਉਹਨਾਂ ਨਾਲ ਵੀ ਬਿਨਾਂ ਕਿਸੇ ਉਮੀਦ ਤੋਂ ਜਿਹੜਾ ਹੈ ਕੁਝ ਨਾ ਕੁਝ ਜਿਹੜਾ ਹੈ ਦੇਵਾਂਗੇ ਸੋ ਸੈਕੰਡ ਪੁਆਇੰਟ ਦੇਖੋ ਦੱਖਣੀ ਏਸ਼ੀਆ ਦੇ ਦੇਸ਼ਾਂ ਨੂੰ ਆਪਣੇ ਇਲਾਕੇ ਦਾ ਪ੍ਰਯੋਗ ਆਪਣੇ ਇਸ ਖੇਤਰ ਦੇ ਦੇਸ਼ਾਂ ਦੇ ਵਿਰੁੱਧ ਨਹੀਂ ਕਰਨ ਦਿੱਤਾ ਜਾਏਗਾ ਸੋ ਸਾਊਥ ਏਸ਼ੀਆ ਦੀ ਗੱਲ ਕਰਦੇ ਆਂ ਵੈਸੇ ਜਿਹੜਾ ਸਾਡਾ ਕੰਟੀਨੈਂਟ ਹੈ ਜਿੱਥੇ ਅਸੀਂ ਰਹਿੰਦੇ ਆਂ ਉਹਨੂੰ ਏਸ਼ੀਆ ਕਹਿੰਦੇ ਨੇ ਬਟ ਅਗਰ ਐਗਜ਼ੈਕਟ ਜਿਹੜੀ ਆ ਸਾਡੀ ਲੋਕੇਸ਼ਨ ਦੇਖੀ ਜਾਏ ਤਾਂ ਅਸੀਂ ਕਿੱਥੇ ਆ ਸਾਊਥ ਏਸ਼ੀਆ ਦੇ ਵਿੱਚ ਰਹਿੰਦੇ ਨੇ ਸਾਊਥ ਏਸ਼ੀਆ ਚ ਕਿਹੜੀ ਕਿਹੜੀ ਕੰਟਰੀਜ਼ ਆਉਂਦੀ ਨੇ ਸ਼੍ਰੀਲੰਕਾ ਹੋ ਗਿਆ ਨੇਪਾਲ ਜਿੰਨੇ ਵੀ ਸਾਡੇ ਜਿਹੜਾ ਕਹ ਲੋ ਗੁਆਂਢੀ ਦੇਸ਼ ਆਗੇ ਉਹ ਸਾਰੇ ਕਿੱਥੇ ਆ ਰਹੇ ਆ ਸਾਊਥ ਏਸ਼ੀਆ ਸੋ ਇਹਦਾ ਇਸ ਲਾਈਨ ਦਾ ਮਤਲਬ ਹੈਗਾ ਕਿ ਸਾਡੇ ਦੇਖੋ ਅਮਰੀਕਾ ਹੋ ਗਿਆ ਯਾ ਯੂਰਪ ਦੀ ਕੁਝ ਕੰਟਰੀਜ਼ ਨੇ ਜੋ ਸਾਡੇ ਤੋਂ ਬਹੁਤ ਅੱਗੇ ਨੇ ਜਿਹਨਾਂ ਨੂੰ ਅਸੀਂ ਡਿਵੈਲਪਡ ਕੰਟਰੀਜ਼ ਕਹਿੰਦੇ ਹਾਂ ਨਾ ਸੋ ਚਾਈਨਾ ਹੋ ਗਿਆ ਹੁਣ ਦੇ ਟਾਈਮ ਦੇ ਵਿੱਚ ਚਾਈਨਾ ਵੀ ਹੋ ਗਿਆ ਸੋ ਚਾਈਨਾ ਦੀ ਇੱਕ ਪਾਲਿਸੀ ਰਹੀ ਹੈ ਤੁਸੀਂ ਪਾਕਿਸਤਾਨ ਕੋਰੀਡੋਰ ਪਾਕਿਸਤਾਨ ਦੇ ਵਿੱਚ ਇੱਕ ਕੋਰੀਡੋਰ ਬਣਾ ਰਿਹਾ ਹੈ ਸੋ ਇਹਦੇ ਜਿਹੜਾ ਨੇਪਾਲ ਦੇ ਨਾਲ ਜਿਹੜਾ ਹੈ ਚਾਈਨਾ ਹਮੇਸ਼ਾ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰਦਾ ਹੈ ਸੋ ਇਟ ਮੀਨਸ ਇੱਕ ਇੰਟਰਨੈਸ਼ਨਲ ਲੈਵਲ ਦੀ ਥਿਊਰੀ ਹੁੰਦੀ ਹੈ ਸਪਰਿੰਗ ਆਫ ਪਰਲਸ ਮੋਤੀਆਂ ਦੀ ਮਾਲਾ ਦੀ ਤਰ੍ਹਾਂ ਜਿਹੜਾ ਹੈ ਇੰਡੀਆ ਨੂੰ ਘੇਰਨਾ ਸੋ ਇਸੇ ਕਰਕੇ ਜਿਹੜਾ ਆ ਪਾਕਿਸਤਾਨ ਨਾਲ ਚਾਈਨਾ ਰਿਲੇਸ਼ਨ ਅੱਛੇ ਬਣਾ ਰਿਹਾ ਹੈ ਪਾਕਿਸਤਾਨ ਨਾਲ ਜਿਹੜਾ ਹੈ ਨੇਪਾਲ ਮਤਲਬ ਨੇਪਾਲ ਦੇ ਨਾਲ ਜਿਹੜਾ ਆ ਚਾਈਨਾ ਛੇ ਰਿਲੇਸ਼ਨ ਬਣਾ ਰਿਹਾ ਪੂਟਾਨ ਨਾਲ ਬਣਾ ਰਿਹਾ ਕਿ ਇੱਕ ਤਰੀਕੇ ਨਾਲ ਪੂਰਾ ਜੜਾ ਹੈ ਕਦੀ ਯੁੱਧ ਹੋ ਜਾਵੇ ਅਗਰ ਉਹਨਾਂ ਦਾ ਇਹ ਰੱਬ ਨਾ ਕਰੇ ਐਦਾ ਕਦੀ ਹੋਵੇ ਬਟ ਅਗਰ ਕਦੀ ਯੁੱਧ ਹੋ ਜਾਵੇ ਤਾਂ ਇੰਡੀਆ ਨੂੰ ਜਿਹੜਾ ਹੈ ਚਾਰੇ ਪਾਸੇ ਤੋਂ ਘੇਰਨ ਦੇ ਲਈ ਉਹਨਾਂ ਨੇ ਜਿਹੜਾ ਹੈ ਸ਼੍ਰੀਲੰਕਾ ਤੱਕ ਨੂੰ ਵੀ ਜਿਹੜਾ ਹੈ ਆਪਣੇ ਰਿਲੇਸ਼ਨਸ ਅੱਛੇ ਦੇ ਵਿੱਚ ਲਿਆ ਤੋਂ ਹਿੰਦ ਮਹਾਸਾਗਰ ਜਿਹੜਾ ਨੀਚੇ ਪੈਂਦਾ ਸਾਡੇ ਉਹ ਵੀ ਜਿਹੜਾ ਕਿਹਾ ਉਹ ਨਹੀਂ ਉਹ ਚੰਗੀ ਤਰ੍ਹਾਂ ਉਹਦੇ ਵਿੱਚ ਕਹਿ ਲੋ ਆਪਣੇ ਸੈਨਿਕ ਅਡੇ ਸਥਾਪਿਤ ਕਰ ਦਿੱਤੇ ਉਸ ਤੋਂ ਆ ਜਿਹੜਾ ਸੈਕਿੰਡ ਪੁਆਇੰਟ ਹੈ ਕਿ ਦੱਖਣੀ ਏਸ਼ੀਆ ਨੂੰ ਆਪਣੇ ਦੇਸ਼ਾਂ ਦੇ ਨੂੰ ਆਪਣੇ ਇਲਾਕੇ ਦਾ ਪ੍ਰਯੋਗ ਆਪਣੇ ਇਸ ਖੇਤਰ ਦੇ ਦੇਸ਼ਾਂ ਦੇ ਵਿਰੁੱਧ ਨਹੀਂ ਕਰਨ ਦਿੱਤਾ ਜਾਏਗਾ ਫਿਰ ਇਹਦਾ ਮਤਲਬ ਹੈਗਾ ਕਿ ਕੋਈ ਵੀ ਜਿਹੜਾ ਆ ਸਾਊਥ ਏਸ਼ੀਆ ਦਾ ਕੰਟਰੀ ਹੈ ਚਾਹੇ ਉਹ ਇੰਡੀਆ ਹੈ ਚਾਹੇ ਉਹ ਸ਼੍ਰੀਲੰਕਾ ਹੈ ਚਾਹੇ ਉਹ ਨੇਪਾਲ ਹੈ ਤੇ ਉਹ ਜਿਹੜਾ ਆ ਆਪਣੇ ਏਰੀਏ ਦਾ ਮਿਸਯੂਜ਼ ਜਿਹੜਾ ਨਹੀਂ ਕਰਨ ਦਿੱਤਾ ਜਾਊਗਾ ਆਪਣੇ ਜਿਹੜੇ ਗੁਆਂਢੀ ਦੇਸ਼ ਤੇ ਹਮਲਾ ਕਰਨ ਲਈ ਫੋਰ ਐਗਜ਼ਾਮਪਲ ਚਾਈਨਾ ਜਿਹੜਾ ਹੈ ਹਮਲਾ ਕਰਨਾ ਚਾਹੁੰਦਾ ਹੈ ਇੰਡੀਆ ਤੇ ਸੋ ਇਹ ਸਿੱਧਾ ਜਿਹੜਾ ਹੈ ਆਪਣੇ ਏਰੀਆ ਤੋਂ ਮਿਜ਼ਾਈਲਾਂ ਨਹੀਂ ਉਹ ਛੱਡਣਾ ਚਾਹੁੰਦਾ ਸੋ ਉਹ ਕੀ ਕਰੂਗਾ ਸਾਊਥ ਤੋਂ ਲੈ ਲੈਣੇ ਆ ਸੀ ਸ਼੍ਰੀਲੰਕਾ ਨੂੰ ਜਾ ਕੇ ਆਫਰ ਕਰੂਗਾ ਕਿ ਤੁਸੀਂ ਅਸੀਂ ਤੁਹਾਨੂੰ ਬਹੁਤ ਕੁਝ ਦਿੱਤਾ ਔਰ ਕਰਜ਼ਾ ਵਗੈਰਾ ਕਾਫੀ ਇਹਨਾਂ ਨੇ ਦਿੱਤਾ ਹੈ ਹੰਬੰਟੋਟਾ ਜੋ ਇਹਨਾਂ ਦੀ ਬੰਦਰਗਾਹ ਸੀਗਾ ਉੱਥੇ ਕਾਫੀ ਜ਼ਿਆਦਾ ਇਹਨੇ ਪੈਸਾ ਜਿਹੜਾ ਹੈ ਸ਼੍ਰੀਲੰਕਾ ਨੇ ਲਿਆ ਹੋਇਆ ਆ ਕਿੱਥੋਂ ਚਾਈਨਾ ਤੋਂ ਤੇ ਜਿੱਥੋਂ ਅਸੀਂ ਪੈਸਾ ਲਿਆ ਹੁੰਦਾ ਸੋ ਕਰਜ਼ਾ ਲਿਆ ਆ ਸੀ ਗੱਲ ਜਿਹੜੀ ਉਹਨਾਂ ਦੀ ਮੰਨਣੀ ਹੁੰਦੀ ਹੈ ਸੋ ਇੰਡੀਆ ਇੰਡੀਆ ਤੇ ਹਮਲਾ ਕਰਨ ਦੇ ਲਈ ਕਹਿ ਲੋ ਕਿ ਚ ਤੋ ਇਹੀ ਇਸ ਚੀਜ਼ ਦਾ ਪੁਆਇੰਟ ਮਤਲਬ ਹੈ ਕਿ ਸ਼੍ਰੀਲੰਕਾ ਇੱਥੇ ਮਨਾ ਕਰੂਗਾ ਕਿ ਨਹੀਂ ਕਿ ਆਪਾਂ ਜਿਹੜਾ ਗੁਜਰਾਲ ਡਾਕਟਰਾਈਨ ਨੂੰ ਮੰਨਦੇ ਆ ਕਿ ਆਪਾਂ ਆਪਣੇ ਏਰੀਏ ਦਾ ਪ੍ਰਯੋਗ ਨਾਲ ਵਾਲੇ ਦੇਸ਼ ਦੀ ਡੈਕ ਲਾਉਣ ਦੇ ਲਈ ਜਾਂ ਕਹਿ ਲਓ ਉਹਨੂੰ ਬਰਬਾਦ ਕਰਨ ਦੇ ਲਈ ਜਿਹੜਾ ਹੈ ਕਦੇ ਵੀ ਨਹੀਂ ਅਸੀਂ ਯੂਜ਼ ਕਰਨਾ ਸੋ ਨੈਕਸਟ ਦੇਖੋ ਕੋਈ ਵੀ ਦੇਸ਼ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲੇ ਵਿੱਚ ਦਖਲਅੰਦਾਜ਼ੀ ਨਹੀਂ ਕਰੇਗਾ ਕਿ ਅਗਰ ਚਾਈਨਾ ਜਾਂ ਸ਼੍ਰੀਲੰਕਾ ਆਪਸ ਵਿੱਚ ਰਿਲੇਸ਼ਨ ਬਣਾ ਰਿਹਾ ਸੋ ਸਾਨੂੰ ਕੋਈ ਪ੍ਰੋਬਲਮ ਨਹੀਂ ਜਦ ਤੱਕ ਸਾਡੇ ਲਈ 네ਗੇਟਿਵ ਨਹੀਂ ਹੁੰਦਾ ਸੋ ਅਸੀਂ ਨਹੀਂ ਕਿਸੇ ਨਾਲ ਵੀ ਕਮਾਂਗੇ ਨਾ ਉਹ ਸਾਡੇ ਲਈ ਕੁਝ ਕਹਿਣਗੇ ਸੋ ਦੱਖਣੀ ਏਸ਼ੀਆ ਦੇ ਸਾਰੇ ਦੇਸ਼ਾਂ ਨੂੰ ਇੱਕ ਦੂਜੇ ਦੀ ਭੂਗੋਲਿਕ ਅਖੰਡਤਾ ਤੇ ਪ੍ਰਭਸੱਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿ ਕਦੇ ਵੀ ਕਿਸੇ ਦੀ ਵੀ ਜੋ ਸਾਡੀਆਂ ਬਾਰਡਰ ਲਾਈਨਸ ਬਣੀਆਂ ਹੋਈਆਂ ਚਾਹੇ ਉਹ ਮੈਕਮੋਹ ਰੇਖਾ ਹੈ ਐਲਓਸੀ ਹੈ ਐਲਐਸਸੀ ਹੈ ਲਾਈਨ ਆਫ ਐਕਚੁਅਲ ਕੰਟਰੋਲ ਹੈ ਜਾਂ ਲ ਡੈਡਕਲੀ ਫਲਾਈਂਸ ਵਗੈਰਾ ਬਣੀਆਂ ਹੋਈਆਂ ਸੋ ਅਸੀਂ ਜਿਹੜਾ ਆ ਤੁਸੀਂ ਡੇਲੀ ਸੁਣਦੇ ਹੋ ਸੀਜ਼ ਫਾਇਰ ਉਲੰਘਣ ਹੋ ਗਿਆ ਇਹ ਸਾਰਾ ਸਿਸਟਮ ਅਸੀਂ ਨਹੀਂ ਕਰਨਾ ਆਪਾਂ ਜਿੰਨਾ ਜਿੰਨਾ ਏਰੀਆ ਹਰੇਕ ਰੇਕ ਨੇਸ਼ਨ ਕੋ ਹੈਗਾ ਉਹਨੇ ਉਹਨੇ ਚੈ ਸੈਟੀਸਫਾਈਡ ਆ ਸੋ ਇਹ ਸਾਡੀ ਜਿਹੜੀ ਪਾਲਿਸੀ ਹੋਣੀ ਚਾਹੀਦੀ ਹੈ ਸੋ ਇਹ ਸਾਰੇ ਦੇਸ਼ ਆਪਸੀ ਵਿਵਾਦਾਂ ਨੂੰ ਸ਼ਾਂਤੀਪੂਰਵਕ ਤੇ ਆਪਸੀ ਗੱਲਬਾਤ ਰਾਹੀਂ ਹੀ ਹੱਲ ਕਰਨਗੇ ਅਗਰ ਪ੍ਰੋਬਲਮਸ ਹੈਗੀਆਂ ਸਾਡੀਆਂ ਪਾਕਿਸਤਾਨਾ ਪ੍ਰੋਬਲਮਸ ਨੇ ਸਾਡੀਆਂ ਚਾਈਨਾ ਨਾ ਪ੍ਰੋਬਲਮਸ ਨੇ ਸਾਡੀਆਂ ਕੁਝ ਹੱਦ ਤੱਕ ਨੇਪਾਲ ਨਾਲ ਵੀ ਹੁਣ ਪ੍ਰੋਬਲਮਸ ਆ ਰਹੀਆਂ ਨੇ ਸ਼੍ਰੀਲੰਕਾ ਨਾਲ ਸਾਡੀ ਤਮਿਲਾਂ ਦੀ ਸਮੱਸਿਆ ਸੋ ਸਾਡੀਆਂ ਦੀ ਸੌਟ ਆਊਟ ਕਿੱਦਾਂ ਕਰਨਾ ਹੈ ਡਾਇਲੌਗਸ ਨਾ ਸੌਟ ਆਊਟ ਕਰਨਾ ਹੈ ਕਿ ਜਿੱਦਾਂ ਕਹ ਲੋ ਕਿ 2+2 ਡਾਇਲੌਗਸ ਤੁਸੀਂ ਸੁਣਿਆ 1+1 ਡਾਇਲੌਗ ਸੁਣਿਆ ਇਹ ਕਿਉਂਦੇ ਹਾਇਰ ਅਫੀਸ਼ਲ ਪਰਸਨ ਬਹੰਦੇ ਨੇ ਤੁਸੀਂ ਸੁਣਿਆ ਨਾ ਕਿ ਅੱਜ ਦੇ ਪਰ ਅੱਜ ਪ੍ਰਧਾਨ ਮੰਤਰੀ ਇੱਥੇ ਦੌਰੇ ਤੇ ਗਏ ਸੋ ਇਟ ਮੀਨਸ ਇਹੀ ਹੈ ਕਿ ਉਹ ਜਾਣਦੇ ਨੇ ਇਸ ਕਰਕੇ ਕਿ ਜਿਹੜੇ ਸਾਡੇ ਰਿਲੇਸ਼ਨਸ ਨੇ ਉਹਨਾਂ ਨਾਲ ਜਿਹੜਾ ਹੈ ਅੱਛੇ ਬਣਾਓ ਸੋ ਅਸੀਂ ਲੜਾਈ ਕਰਕੇ ਜਿਹੜਾ ਹੈ ਕੁਝ ਵੀ ਸੌਟ ਆਊਟ ਨਹੀਂ ਕਰਨਾ ਕਿਉਂਕਿ ਜਿੰਨੇ ਮਰਜੀ ਤੁਸੀਂ ਦੇਖਿਆ ਵਰਲਡ ਵਾਰਸ ਹੋਈਆਂ 2 ਵਰਲਡ ਵਾਰ ਹੋ ਚੁੱਕੇ ਰਹੇ ਬਾਕੀ ਅਦਰ ਜਿਹੜੀਆਂ ਡੋਮੈਸਟਿਕ ਵਾਰਸ ਹੁੰਦੀਆਂ ਰਹਿੰਦੀ ਗੱਲਬਾਤ ਰਹੀ ਹੁੰਦਾ ਕਿਉਂ ਨਾ ਅਸੀਂ ਪਹਿਲਾਂ ਹੀ ਬਾਇਲੈਟਰਲ ਡਾਇਲੌਗਸ ਕਰ ਲਈਏ ਜਾਂ ਜੁਨੀਆਂ ਵੀ ਕੰਟਰੀਸ ਨਾਲ ਸਾਡੇ ਇਸ਼ੂਸ ਨੇ ਅਸੀਂ ਬੈਠ ਕੇ ਜਿਹੜਾ ਸੌਲਟ ਆਊਟ ਕਰੀਏ ਸੋ ਇਹੀ ਅਸੀਂ ਕਹਿ ਲਓ ਇਹਦੇ ਵਿੱਚ ਇਹੀ ਮੇਨ ਤੁਸੀਂ ਕਹਿ ਸਕਦੇ ਹੋ ਕਿ ਇੰਡੀਆ ਦੇ ਲਈ ਜਿਹੜਾ ਆ ਆਪਣੇ ਨੇਬਰਹੂਡ ਦੇ ਨਾਲ ਰਿਲੇਸ਼ਨ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਜਿਹੜਾ ਆ ਅੱਗੇ ਜਿਹੜਾ ਵਧਣਾ ਹੈ ਸੋ ਸਾਨੂੰ ਨੇਬਰਸ ਤੋਂ ਸੁਰੱਖਿਆ ਜਿਹੜੀ ਆ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਇੰਦਰਪਰ ਗੁਜਰਾਲ ਜੀ ਨੇ ਇਹ ਜਿਹੜਾ ਡਾਕਟਰ ਆਨ ਦਿੱਤਾ ਸੀ ਸੋ ਆਈ ਹੋਪ ਤੁਹਾਨੂੰ ਅੱਜ ਗੁਜਰਾਲ ਡਾਕਟਰ ਹੈ ਨਾ ਜੋ ਗੁਜਰਾਲ ਸਿਧਾਂਤ ਹੈ ਕਾਫੀ ਹੱਦ ਤੱਕ ਕਲੀਅਰ ਹੋ ਗਿਆ ਹੁਣਾ ਔਰ ਅਗਰ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਜਿਹੜਾ ਮੈਨੂੰ ਪੁੱਛ ਸਕਦੇ ਹੋ ਸੋ ਬੇਸਿਕਲੀ ਇਹ ਚੈਨਲ ਜਿਹੜਾ ਮੈਂ ਕ੍ਰੀਏਟ ਕੀਤਾ ਹੈ ਜੋ ਸਾਡੇ ਪੰਜਾਬ ਦੇ ਬੱਚਿਆਂ ਨੇ ਉਹ ਕੰਪੀਟੀਸ਼ਨ ਦੇ ਐਗਜ਼ਾਮ ਦੇ ਵਿੱਚ ਪੈਂਦੇ ਨੇ ਕੋਈ ਵੀ ਹੋ ਸਕਦਾ ਹੈ ਪੀਐਸ ਟੈਟ ਹੋ ਸਕਦਾ ਹੈ ਉਹ ਪੰਜਾਬ ਪੁਲਿਸ ਹੋ ਸਕਦਾ ਜਾਂ ਅਦਰ ਪੰਜਾਬ ਦੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਤੋਂ ਉਹਨਾਂ ਕਰਕੇ ਹੀ ਅਸੀਂ ਇਹ ਜਿਹੜਾ ਹੈ ਚੈਨਲ ਕ੍ਰੀਏਟ ਕੀਤਾ ਸੋ ਅਗਰ ਤੁਹਾਨੂੰ ਇਹ ਮੇਰਾ ਕੰਟੈਂਟ ਅੱਛਾ ਲੱਗਾ ਹੋਵੇ ਮੇਰਾ ਇਨੀਸ਼ੀਏਟਿਵ ਅੱਛਾ ਲੱਗਾ ਹੋਵੇ ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਔਰ ਜੋ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਨੇ ਔਰ ਜੋ ਨਵੇਂ ਵੀ ਨੇ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਉਹ ਸਾਰੇ ਹੀ ਅ ਸਭ ਨੂੰ ਜਿਹੜਾ ਆਪਣੇ ਨਾਲ ਦੇ ਸਟੂਡੈਂਟਸ ਨੂੰ ਸ਼ੇਅਰ ਕਰਿਓ ਇਹਦੇ ਨਾਲ ਕਿ ਇਹ ਸਾਰਿਆਂ ਦਾ ਕੰਪੀਟੀਸ਼ਨ ਦੇ ਵਿੱਚ ਜਿਹੜੇ ਅੱਛੇ ਸਕੋਰ ਹੋ ਜੂਗੇ ਸੋ ਇਸ ਕਰਕੇ ਤੁਸੀਂ ਜਿਹੜਾ ਆ ਪਲੀਜ਼ ਇਹ ਮੇਰਾ ਚੈਨਲ ਨੂੰ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰ ਦਿਓ ਸੋ ਥਿਸ ਇਜ਼ ਦਿ ਟਾਈਮ ਟਾਈਮ ਆਫ ਫਾਈਨਿੰਗ ਆਫ ਥੈਂਕ ਯੂ ਸੋ ਮਚ ਸੀ ਯੂ ਅਗੇਨ